ਅਕਾਲੀ ਦਲ ਦੀ ਇਹ ਰਹੀ ਹੈ ਵੀ ਅਕਾਲੀ ਦਲ ਨੇ ਹਮੇਸ਼ਾ ਜਿਹੜੀ ਨੇ ਵੱਡੀਆਂ ਵੱਡੀਆਂ ਜੋ ਸਰਕਾਰਾਂ ਨੇ ਅਤੇ ਕੇਂਦਰ ਦੇ ਲਾਲਚਾਂ ਨੂੰ ਠੋਕਰ ਮਾਰ ਕੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ। ਬਾਦਲ ਸਾਹਿਬ ਵੀ ਬਰਨਾਲਾ ਸਾਹਿਬ ਤੋਂ ਅੱਡ ਹੋਏ ਸੀ ਅਤੇ ਉਦੋਂ ਬਰਨਾਲਾ ਸਾਹਿਬ ਦੀ ਸਰਕਾਰ ਸੀ, ਉਹ ਅਕਾਲੀ ਦਲ ਦੇ ਪ੍ਰਧਾਨ ਸੀ, ਪਰ ਕੀ ਨਤੀਜਾ ਹੋਇਆ? ਬਾਦਲ ਸਾਹਿਬ ਨੂੰ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਐਕਸੈਪਟ ਕੀਤਾ। ਅਜੇ ਪਰਮਿੰਦਰ ਢੀਂਡਸਾ ਨੂੰ ਅਕਾਲੀ ਦਲ 'ਚ ਵੱਖ ਹੋਏ ਨੂੰ ਇੱਕ ਮਹੀਨਾ ਹੋਇਆ ਅਤੇ ਫਿਰ ਤੋਂ ਢੀਂਡਸਾ ਅਕਾਲੀ ਦਲ ਦਾ ਨਾਮ ਜਪ ਰਿਹਾ। ਲੱਗਦਾ ਹੈ ਕਿ ਢੀਂਡਸਾ ਨੂੰ ਅਕਾਲੀ ਦਲ ਦੀ ਯਾਦ ਆਉਣੀ ਸ਼ੁਰੂ ਹੋ ਗਈ, ਜਿਸ ਕਰਕੇ ਉਹ ਫਿਰ ਅਕਾਲੀ ਦਲ ਦਾ ਨਾਮ ਰੱਟ ਰਿਹਾ। ਤੁਸੀਂ ਆਹ ਵੀਡੀਓ ਸੁਣੋ। ਅਕਾਲੀ ਦਲ ਦੀ ਇਹ ਰਹੀ ਹੈ ਵੀ ਅਕਾਲੀ ਦਲ ਨੇ ਹਮੇਸ਼ਾ ਜਿਹੜੀ ਨੇ ਵੱਡੀਆਂ ਵੱਡੀਆਂ ਜੋ ਸਰਕਾਰਾਂ ਨੇ ਅਤੇ ਕੇਂਦਰ ਦੇ ਲਾਲਚਾਂ ਨੂੰ ਠੋਕਰ ਮਾਰ ਕੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ। ਬਾਦਲ ਸਾਹਿਬ ਵੀ ਬਰਨਾਲਾ ਸਾਹਿਬ ਤੋਂ ਅੱਡ ਹੋਏ ਸੀ ਅਤੇ ਉਦੋਂ ਬਰਨਾਲਾ ਸਾਹਿਬ ਦੀ ਸਰਕਾਰ ਸੀ, ਉਹ ਅਕਾਲੀ ਦਲ ਦੇ ਪ੍ਰਧਾਨ ਸੀ, ਪਰ ਕੀ ਨਤੀਜਾ ਹੋਇਆ? ਬਾਦਲ ਸਾਹਿਬ ਨੂੰ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਐਕਸੈਪਟ ਕੀਤਾ। ਦਰਅਸਲ ਪਰਮਿੰਦਰ ਸਿੰਘ ਢੀਂਡਸਾ 23 ਫਰਵਰੀ ਨੂੰ ਹੋਣ ਜਾ ਰਹੀ ਰੈਲੀ ਨੂੰ ਲੈ ਕੇ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨਾਲ ਮੁਲਾਕਾਤ ਕਰਨਗੇ, ਜਿਸ ਦੌਰਾਨ ਉਹਨਾਂ ਅਕਾਲੀ ਦਲ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਸਹੀ ਹੈ, ਬਸ ਸੁਖਬੀਰ ਬਾਦਲ ਕਰਕੇ ਹੀ ਲੋਕ ਪਾਰਟੀ ਤੋਂ ਆਪਣਾ ਪੱਲਾ ਝੜ ਰਹੇ ਨੇ। ਦੇਖੋ, ਮੇਰਾ ਮੰਨਣਾ ਇਹ ਹੈ ਵੀ ਜੋ ਆਮ ਆਦਮੀ ਪਾਰਟੀ ਦੀ ਜਿੱਤ ਹੈ, ਉਹ ਦਿੱਲੀ ਦੇ ਵਿੱਚ ਉਹਨਾਂ ਨੇ ਜੋ ਕੰਮ ਕੀਤਾ ਉਸ ਆਧਾਰ 'ਤੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ, ਪਰ ਉਹਨੂੰ ਪੰਜਾਬ ਨਾਲ ਮੈਂ ਸਮਝਦਾ ਐਡਾ ਜਿਹੜਾ ਉਹਨੂੰ ਦੇਖ ਕੇ ਨਹੀਂ, ਪੰਜਾਬ ਦੇ ਅਤੇ ਦਿੱਲੀ ਦੇ ਹਾਲਾਤਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਕੇਜਰੀਵਾਲ ਖੁਦ ਦਿੱਲੀ ਵਾਸਤੇ ਇੱਕ ਚੰਗੇ ਸਾਬਤ ਹੋ ਸਕਦੇ ਨੇ, ਪਰ ਜ਼ਰੂਰੀ ਨਹੀਂ ਵੀ ਉਹ ਪੰਜਾਬ ਵਾਸਤੇ ਵੀ ਚੰਗੇ ਸਾਬਤ ਹੋਣ, ਅਤੇ ਪੰਜਾਬ ਦੀ ਵਿੱਚ ਇੰਨੀ ਸਮਰੱਥਾ ਪੰਜਾਬ ਦੀ ਹੈਗੀ ਹੈ ਕਿ ਪੰਜਾਬ ਦਾ ਕੋਈ ਆਗੂ ਪੰਜਾਬ ਦਾ ਜੰਪਲ ਪੰਜਾਬ ਦੀ ਚੰਗੀ ਅਗਵਾਈ ਕਰ ਸਕੇ। ਸੋ ਸਾਨੂੰ ਦਿੱਲੀ ਵੱਲ ਝਾਕਣ ਦੀ ਲੋੜ ਨਹੀਂ, ਸਾਨੂੰ ਖੁਦ ਆਪਦੇ ਸੂਬੇ ਦੇ ਵਿੱਚੋਂ ਕੋਈ ਚੰਗੀ ਜਿਹੜੀ ਅਗਵਾਈ ਹੈ ਉਹ ਨਿਕਲ ਸਕਦੀ ਹੈ ਅਤੇ ਉਹ ਕੱਢਣ ਦੀ ਜਿਹੜੀ ਹੈ ਯਤਨ ਕਰਨਾ ਚਾਹੀਦਾ। ਇਹ ਕੋਈ ਸੁਖਬੀਰ ਸਿੰਘ ਬਾਦਲ ਦੀ, ਅਸੀਂ ਇਹ ਕਹਿੰਦੇ ਹਾਂ ਵੀ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਸਿਧਾਂਤਕ ਲੀਹਾਂ ਤੋਂ ਲਹੀ ਹੈ। ਗੱਲ ਸਿਧਾਂਤਕ ਹੈ, ਗੱਲ ਪਾਰਟੀ ਦੀ ਹੈ, ਸੋਚ ਅਤੇ ਵਿਚਾਰਧਾਰਾ ਦੀ ਹੈ, ਪਿਛਲੇ ਸਮੇਂ 'ਚ ਲਏ ਫੈਸਲਿਆਂ ਦੀ ਹੈ। ਸਾਡਾ ਅੱਜ ਜੇ ਸ਼੍ਰੋਮਣੀ ਅਕਾਲੀ ਦਲ ਸਿਰਫ ਕੇਂਦਰ ਦੇ ਵਿੱਚ ਸੱਤਾ 'ਚ ਰਹਿਣ ਲਈ ਜਾਂ ਸੂਬੇ ਦੇ ਵਿੱਚ ਸੱਤਾ ਹਾਸਲ ਕਰਨ ਲਈ ਜੇ ਸਾਡਾ ਨਿਸ਼ਾਨਾ ਸਿਰਫ ਇਹੀ ਰਹੇਗਾ ਤਾਂ ਫਿਰ ਅਸੀਂ ਕਦੇ ਵੀ ਉਹਨਾਂ ਸਿਧਾਂਤਾਂ 'ਤੇ ਪੂਰੀ ਤਰੀਕੇ ਨਾਲ ਪਹਿਰਾ ਨਹੀਂ ਦੇ ਸਕਾਂਗੇ। ਸਾਨੂੰ ਅਕਾਲੀ ਦਲ ਦੀ ਇਹ ਰਹੀ ਹੈ ਵੀ ਅਕਾਲੀ ਦਲ ਨੇ ਹਮੇਸ਼ਾ ਜਿਹੜੀ ਨੇ ਵੱਡੀਆਂ ਵੱਡੀਆਂ ਜੋ ਸਰਕਾਰਾਂ ਨੇ ਅਤੇ ਕੇਂਦਰ ਦੇ ਲਾਲਚਾਂ ਨੂੰ ਠੋਕਰ ਮਾਰ ਕੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ। ਇਹ ਸੋਚ ਜਿਹੜੀ ਹੈ ਇਹ ਦੁਬਾਰੇ ਬਹਾਲ ਕਰਨ ਦੀ ਲੋੜ ਹੈ ਵੀ ਸਾਡੇ ਲਈ ਪੰਜਾਬ ਅਤੇ ਪੰਜਾਬ ਦੇ ਲੋਕ ਅਤੇ ਸਾਡੀ ਜੋ ਪੰਥਕ ਵਿਚਾਰਧਾਰਾ ਹੈ ਉਹ ਸਰਮੌਰ ਹੈ, ਬਾਕੀ ਚੀਜ਼ਾਂ ਬਾਅਦ 'ਚ। ਮੋਟਿਵ ਜੇ ਮੈਂ ਦੱਸਿਆ, ਸੱਤਾ ਪ੍ਰਾਪਤੀ ਸਾਡਾ ਕੋਈ ਮੋਟਿਵ ਨਹੀਂ ਹੈ, ਸਾਡਾ ਮੋਟਿਵ ਜਿਹੜੀ ਹੈ ਪਾਰਟੀ ਦੀ ਮਜ਼ਬੂਤੀ ਹੈ। ਆਖਿਰ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਲੋਕਾਂ ਦੇ ਵਿੱਚੋਂ ਪੰਜਾਬ ਦੇ ਖਾਸ ਤੌਰ 'ਤੇ ਪੰਥਕ ਸਫਾ ਦੇ ਵਿੱਚੋਂ ਆਪਦਾ ਵਿਸ਼ਵਾਸ ਗਵਾ ਚੁੱਕਿਆ ਹੈ, ਉਹਨੂੰ ਦੁਬਾਰੇ ਬਹਾਲ ਕਰਨਾ ਸਾਡਾ ਫਸਟ ਮੋਟਿਵ ਹੈ। ਬਾਕੀ ਜਿਹੜੇ ਮੋਟਿਵ ਨੇ ਉਹ ਬਾਅਦ ਦੀਆਂ ਗੱਲਾਂ ਨੇ। ਸੋ ਸਾਡਾ ਉਹਦੇ ਨਾਲ ਕੋਈ, ਉਦੋਂ ਸਮੀਕਰਨ ਹੋਰ ਸੀ, ਅੱਜ ਸਮੀਕਰਨ ਹੋਰ ਨੇ। ਬਾਦਲ ਸਾਹਿਬ ਵੀ ਬਰਨਾਲਾ ਸਾਹਿਬ ਤੋਂ ਅੱਡ ਹੋਏ ਸੀ ਅਤੇ ਉਦੋਂ ਬਰਨਾਲਾ ਸਾਹਿਬ ਦੀ ਸਰਕਾਰ ਸੀ, ਉਹ ਅਕਾਲੀ ਦਲ ਦੇ ਪ੍ਰਧਾਨ ਸੀ, ਪਰ ਕੀ ਨਤੀਜਾ ਹੋਇਆ? ਬਾਦਲ ਸਾਹਿਬ ਨੂੰ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਐਕਸੈਪਟ ਕੀਤਾ। ਸੋ ਹਰ ਸਮੇਂ ਮੁਤਾਬਕ ਅੱਡ ਅੱਡ ਨਤੀਜੇ ਜਿਹੜੇ ਅੱਡ ਅੱਡ ਲੋਕਾਂ ਦੇ ਫੈਸਲੇ ਆਉਂਦੇ ਆ। ਦੇਖੋ, ਗੱਲ ਇਹ ਹੈ ਉਹਨਾਂ ਦਾ ਅੱਡ, ਉਹਨਾਂ ਦੇ ਫੈਸਲੇ ਅੱਡ ਨੇ, ਪਰ ਇੱਕ ਇੱਕ ਰਾਏ ਹੈਗੀ ਹੈ ਵੀ ਇਕੱਠੇ ਰਲ ਕੇ ਅਸੀਂ ਚੱਲਣਾ। ਸੋ ਇੰਡੀਵਿਜੁਅਲ ਮੈਟਰ ਨਹੀਂ ਕਰਦਾ, ਉੱਥੇ ਸਾਰੇ ਇਕੱਠੇ ਰਲ ਕੇ ਇਹ ਸਿਆਸਤ ਦੇ ਵਿੱਚ ਕੋਈ, ਤੁਸੀਂ ਦੇਖੋ ਸਮੇਂ ਸਮੇਂ 'ਤੇ ਵੱਖ ਵੱਖ ਪਾਰਟੀਆਂ ਛੱਡ ਕੇ ਜਾਂਦੇ ਆਉਂਦੇ ਰਹੇ, ਲੋਕ ਆਉਂਦੇ ਰਹੇ ਆ, ਪਰ ਉਹਨਾਂ ਨੇ ਨਹੀਂ, ਉਹਨਾਂ ਦੀ ਗੱਲ ਕਰਦਾ, ਬੋਨੀ ਦੀ ਗੱਲ ਕਰਦਾ ਵੀ ਉਹਨਾਂ ਨੇ ਆਪਦੀ ਜੋ ਉਹਨਾਂ ਨੇ ਸੋਚ ਕੇ ਛੱਡੀ ਹੈ ਉਹਦਾ ਜਵਾਬ ਉਹ ਦੇਣਗੇ, ਕਿਉਂਕਿ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਪਾਰਟੀ ਬਣੀ ਸੀ, ਅੱਜ ਉਸ ਪਾਰਟੀ ਨੂੰ ਛੱਡ ਗਏ ਉਹ, ਅਤੇ ਉਹਦਾ ਜਵਾਬ ਉਹ ਦੇਣਗੇ ਲੋਕਾਂ ਨੂੰ, ਸਾਡਾ ਨਹੀਂ ਦੇਣਾ। ਸਾਡਾ ਤਾਂ ਅੱਜ ਤਾਂ ਸਾਨੂੰ ਅੱਜ ਵੀ ਅਪੀਲ ਕਰਦੇ ਵੀ ਸਾਰੇ ਸਾਡੇ ਨਾਲ ਆਓ, ਜੁੜੋ। ਅੱਜ ਸਾਰੇ ਜਿਹੜੇ ਨੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਚੰਗਾ ਜਿਹੜਾ ਹੈ ਬਦਲ ਉਹ ਨਿਕਲਣਾ ਚਾਹੀਦਾ। ਲੋਕ ਰਵਾਇਤੀ ਸਿਸਟਮ ਤੋਂ
ਅੱਜ ਦੁਖੀ ਨੇ। ਦੇਖੋ ਪਿਛਲੇ ਹੌਲੀ 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 ਸਮੇਂ ਦੇ ਨਾਲ ਪਿਛਲੇ 5-7 ਸਾਲ ਤੋਂ ਇਹ ਜਿਹੜਾ ਹੈ ਸ਼ੁਰੂ ਹੋਈ ਹੈ ਕਵੈਤ, ਅਤੇ ਇੱਕ ਜਿਹੜੀ ਹੈ ਸਾਰੀ ਡਿਸੀਜਨ ਮੇਕਿੰਗ ਕੋਨਸਨਟ੍ਰੇਟ ਇੱਕ ਹੱਥ ਵਿੱਚ ਹੋ ਕੇ ਰਹਿ ਗਈ, ਜਿਹਦੇ ਕਰਕੇ ਜਿਹੜਾ ਇਹ ਗਲਤ ਫੈਸਲੇ ਜਿਹੜੇ ਬਿਨਾਂ ਵਿਚਾਰਨ ਤੋਂ ਹੋਏ ਨੇ ਉਹਦੇ ਨਾਲ ਨੁਕਸਾਨ ਹੋਇਆ। ਇਸ ਕੋ ਮੈਂ ਤੋਂ ਇਹ ਬਾਤ ਮੇਰੇ ਕਹਿਣੇ ਕਿ ਸਾਰੀ ਲੋਕ ਕਹਿ ਰਹੇ ਹੈ, ਪਾਰਟੀ ਔਰ ਬਿਜ਼ਨਸ ਕਾ ਚਲਾਨੇ ਕਾ ਫਰਕ ਹੋਤਾ ਹੈ, ਔਰ ਮੈਂ ਮਹਿਸੂਸ ਕਰਤਾ ਹੂੰ ਕਿ ਪਾਰਟੀ ਜੋ ਹੈ ਵੋ ਤਬ ਮਜ਼ਬੂਤ ਹੋਤੀ ਹੈ ਜਬ ਹਰ ਕਿਸੀ ਕੀ ਰਾਏ ਕੋ ਅਹਿਮੀਅਤ ਦੀ ਜਾਏ, ਜੋ ਵੀ ਅੱਛੀ ਰਾਏ ਦੇਤਾ ਹੈ ਉਸਕੀ ਅਹਿਮੀਅਤ ਦੀ ਜਾਏ, ਔਰ ਜੋ ਹੈ ਇੱਕ ਕੰਸੈਂਸਸ ਕੇ ਸਾਥ ਜੋ ਪਾਰਟੀਆਂ ਚਲਤੀ ਹੈ ਵੋ ਹਮੇਸ਼ਾ ਤਰੱਕੀ ਕਰਤੀ ਹੈ। ਦੇਖੋ ਯੇ ਉਨਕੀ ਇਹ ਘਬਰਾਹਟ ਕੀ ਨਿਸ਼ਾਨੀ ਹੈ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਅੱਜ ਵੀ ਸਾਡੇ ਬਹੁਤ ਸਤਿਕਾਰਯੋਗ ਨੇ, ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਦੁਬਾਰੇ ਪੰਜਾਬ ਦੇ ਵਿੱਚ ਲੈ ਕੇ ਆਉਣਾ, ਵੱਖ ਵੱਖ ਰੈਲੀਆਂ ਦੇ ਵਿੱਚ ਲੈ ਕੇ ਜਾਣਾ, ਇਹ ਗੱਲ ਸਾਬਤ ਕਰਦੀ ਹੈ ਵੀ ਉਹ ਪਹਿਲਾਂ ਜਵਾਬ ਦੇ ਗਏ ਸੀ ਵੀ ਮੈਂ ਤਾਂ ਸਿਆਸਤ 'ਚੋਂ ਹੁਣ ਆਪਦਾ ਪਾਰੀ ਮੁਕਾ ਲਈ, ਮੈਂ ਹੁਣ ਜਿਹੜਾ ਆਪਦੇ ਇਲਾਕੇ ਤੱਕ ਸੀਮਿਤ ਰਹਿਣਾ, ਆਪਦੇ ਹਲਕੇ ਤੱਕ ਸੀਮਿਤ ਰਹਿਣਾ, ਪਰ ਉਹਨਾਂ ਨੂੰ ਹੁਣ ਜਿਵੇਂ ਆਉਣਾ ਪਿਆ, ਇਹ ਗੱਲ ਸਾਬਤ ਕਰਦੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਕਮਜ਼ੋਰ ਹੋ ਚੁੱਕੀ ਹੈ, ਇਹ ਉਹਨਾਂ ਦਾ ਇੱਕ ਤਰੀਕੇ ਨਾਲ ਮੰਨਣਾ, ਅਤੇ ਦੂਜਾ ਇੱਕ ਘਬਰਾਹਟ ਦੀ ਵੀ ਨਿਸ਼ਾਨੀ ਹੈ। ਅਕਾਲੀ ਦਲ 'ਚ ਸਿਰਫ ਢੀਂਡਸਾ ਪਰਿਵਾਰ ਹੀ ਨਹੀਂ ਬਾਗੀ ਹੋਇਆ, ਇਸ ਤੋਂ ਇਲਾਵਾ ਹੋਰ ਵੀ ਕਈ ਦਿੱਗਜ ਲੀਡਰ ਅਕਾਲੀ ਦਲ ਦਾ ਛੱਡ ਕੇ ਪੱਲਾ ਬਾਹਰ ਹੋ ਗਏ, ਪਰ ਹੁਣ ਇੱਕ ਵਾਰ ਫਿਰ ਤੋਂ ਪਾਸਾ ਪਲਟਦਾ ਦਿਖਾਈ ਦੇ ਰਿਹਾ। ਪਹਿਲਾਂ ਬੋਨੀਏ ਜਨਾਲਾ ਅਕਾਲੀ ਦਲ 'ਚ ਸ਼ਾਮਿਲ ਹੋਏ ਅਤੇ ਹੁਣ ਲੱਗਦਾ ਪਰਮਿੰਦਰ ਢੀਂਡਸਾ ਵੀ ਪਾਰਟੀ 'ਚ ਸ਼ਾਮਿਲ ਹੋ ਸਕਦੇ ਨੇ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਆਪਣਾ ਜ਼ੋਰ ਲਗਾ ਰਹੀ ਹੈ, ਬਹੁਤ ਸਾਰੇ ਦਿੱਗਜ ਲੀਡਰ ਪਾਰਟੀਆਂ ਤੋਂ ਬਾਗੀ ਹੋ ਰਹੇ ਨੇ, ਕਿਉਂਕਿ ਹਰ ਪਾਰਟੀ ਦਾ ਮਕਸਦ ਚੋਣਾਂ ਜਿੱਤ ਕੇ ਸੱਤਾ 'ਚ ਆਉਣਾ। ਹੁਣ ਦੇਖਣਾ ਹੋਵੇਗਾ ਕਿ ਪਰਮਿੰਦਰ ਢੀਂਡਸਾ ਅਲੱਗ ਰਹਿ ਕੇ ਹੀ ਲੋਕਾਂ ਦਾ ਦਿਲ ਜਿੱਤਦਾ ਜਾਂ ਫਿਰ ਅਕਾਲੀ ਦਲ 'ਚ ਮੁੜ ਵਾਪਸੀ ਕਰਦਾ। ਬਰਨਾਲਾ ਤੋਂ ਵਨੀਤ ਸ਼ਰਮਾ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। 447 ਅਜਿਹੇ ਕੇਸ ਨੇ ਜਿੱਥੇ ਮਰ ਚੁੱਕੀਆਂ ਬਾਲੜੀਆਂ ਉਹਨਾਂ ਦੀਆਂ ਲਾਸ਼ਾਂ ਨਾਲ ਵੀ ਬਲਾਤਕਾਰ ਕੀਤਾ ਗਿਆ। ਸਾਰੇ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਤਾਂ ਜੋ ਹਿਊਮਨ ਮਾਈਂਡ ਯਾਨੀ ਕਿ ਹਿਊਮਨ ਸਾਈਕੋਲੋਜੀ ਨੂੰ ਕਿਸੇ ਤਰੀਕੇ ਨਾਲ ਬਦਲਿਆ ਜਾਵੇ। ਸਾਡੇ ਸਮਾਜ ਦੇ ਵਿੱਚ ਇੱਕ ਚੀਜ਼ ਧਰਮ ਦੇ ਨਾਂ 'ਤੇ ਹੀ ਔਰਤਾਂ ਨੂੰ ਪਿੱਛੇ ਵੀ ਧੱਕਿਆ ਜਾਂਦਾ ਕਈ ਥਾਂ 'ਤੇ। ਜਾਗਦੇ ਜ਼ਮੀਰਾਂ ਵਾਲੇ ਅੱਜ ਆਵਾਜ਼ ਚੁੱਕੀ, ਕਿਸੇ ਨਾ ਕਿਸੇ ਥਾਂ 'ਤੇ ਅਸੀਂ ਕਹੀਏ ਕਿ ਬਸ ਹੁਣ ਹੋਰ ਨਹੀਂ। ਭਾਵੇਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਅੱਜ ਕੱਲ੍ਹ ਗਿਣਦੇ ਅਤੇ ਅਸੀਂ ਸਿਰਫ ਡਰੱਗਸ ਵੱਖਰੀਆਂ ਚਿੱਟਿਆਂ ਤੱਕ ਹੀ ਸੀਮਤ ਹੋ ਗਏ ਹਾਂ। ਬੱਚਿਆ, ਜਦ ਨਲੂਆ ਜਾਂਦਾ ਸੀ ਪਿੰਡ ਕੰਬਦਾ ਸੀ, ਮਾਵਾਂ ਕਹਿੰਦੀਆਂ ਸੀ ਸੌਂ ਜਾ, ਆਵਾਜ਼ ਨਾ ਕੱਢੀ, ਨਲੂਆ ਆ ਰਿਹਾ। ਸੋ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ 'ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।